जितने भी होनी चाहिए। देखो जी मेरे हिसाब ना 20,000 रुपये के अंदर अंदर होनी चाहिए, 20,000 तो ऊपर की पक्की ना मैं कहूँ कहीं ना लाओ। दो दम फट हो गई मतलब, अगर वैसे गुजार की शुरू हो जाती है 14-15,000 रुपये की मीडियम जेनू अच्छी पत्नी ना पड़ जाए, वो इस तो ऊपर की 20,000 की है तो बहुत आगे मारो। ब्रैकेट लाइन वाले मैं बड़े देखे तो जाओ तो यूज़ के अपनी ब्रैकेट लाइन दस के तो चलते। मेरे को कल एक दी वीडियो आई है, एक ने मैनू पूछा कहिंदा जी आ मैं बकरा लेना, 6 महीने का बकरा सी, किसे कहिंदे घुमांदे का नाम नहीं दादा, मैं कहिंदे घुमांदे बंदे का ये मेरा ब्रीडर है, ओहदे तो उहने 70,000 रुपये मंगे। और मैं उस बच्चे की वीडियो तोंगवाड़ी मेले की 2 दिन पहला देखी सी, ओहदे तो 10,000 रुपये लगे। उन्हें मैनू वीडियो भेजी, मैं उन्होंने उस तुंगाली का वीडियो का लिंक भेजता, मैं घर देता तेरा बकरा इन्ने का। इसलिए अखां खुलियां रखो, विश्वास जिन्नी की लोड़ है उन्ना क करो, माड़ा मोटा किसी के तो कर नहीं देखो। दूजा वैक्सीन की एक गल मैं बोलने भूल गया, तुम्हें किसी को जाओ कभी भी वैक्सीन की हुई है जे वो थानू लिखती नहीं दिता अपने इतने आके दोबारा वैक्सीन कर दो, कोई फर्क नहीं, कोई प्रॉब्लम, कोई इन्ना जो भी फर्क नहीं पड़ेगा। ठीक है जी, हम आप सीधे क्रॉस किन्ने से करवाते हैं, जो अपनी पढ़ाई रिसर्च जो मैं जिन्ना पढ़िया वो ये कहते हैं कि जिहड़ी बीटल बकरी है, आप बीटल से गल करते हैं ना, बीटल बकरी का जो वजन गिणिया जाता वो 50 किलो गिणिया जाता, भी जैनुअन 50 किलो बकरी होवे वड्डी तो बहुत वधिया है। जदों उहदा वजन 60% उहदा अपना आ जाए, 50 दा 60% हो गया 30 किलो, 2 दंद बकरी हो जाए 30 किलो वजन हो जाए, तुसीं उहदी क्रॉसिंग करा सकते। और क्रॉसिंग करानी कदों है, जदों बकरी हीट च आउंदी है उदों कदों करवानी चाहीदी है क्रॉसिंग, जे बकरी तुहाडी सवेरे हीट च आउंदी है वो बकरी शाम नूं क्रॉस करवानी चाहीदी, जिहड़ी शाम नूं हीट च आउंदी है उहनूं सवेरे कराओ, उहदा लॉजिक है। जदों आपां क्रॉस कराउंदे आ बकरा अपना स्पर्म उहदे च छड्डदा, उदों ही बकरी भी अपना एक अंडा रिलीज करदी है, ਉਹਨੂੰ ਬੱਚੇਦਾਨੀ 'ਚ ਆਉਣ ਆਉਣ ਨੂੰ 8 ਘੰਟੇ ਲੱਗਦੇ, ਅਤੇ ਜਦੋਂ ਬੱਚੇਦਾਨੀ ਨੂੰ ਹੋਏਗੀ ਤਾਂ ਸੀਮਨ ਉਹਨੂੰ ਲੱਗੇਗਾ ਨਾ, ਜਦ ਉਹ ਆਇਆ ਹੀ ਨਹੀਂ ਬੱਕਰੀ, ਹੁਣੇ ਹੀਟ 'ਚ ਆਈ ਤੁਸੀਂ ਹੁਣੇ ਕਰੋਸ ਕਰਾ ਦਿਓ। ਮੇਰੇ ਹਿਸਾਬ ਨਾਲ 90% ਬੱਕਰੀ ਗੱਬਰ ਨਹੀਂ ਖਾਏ, ਸਵੇਰੇ ਹੀਟ 'ਚ ਆਵੇ ਸ਼ਾਮ ਨੂੰ ਕਰਾਓ, ਕਿਉਂਕਿ ਉਹ ਅੰਡੇ ਨੂੰ ਬੱਚੇਦਾਨੀ ਆਉਣ 'ਚ ਹੀ 8 ਘੰਟੇ ਲੱਗਦੇ, ਅਤੇ ਜਦੋਂ ਕਰਾਉਂਗੇ ਉਦੋਂ ਹੋਈ। ਹੁਣ ਕਈ ਕਹਿੰਦੇ ਵੀ ਬੱਚੇ ਦਾ ਨਹੀਂ, ਬਈ ਇੱਕ ਬੱਕਰੀ ਮੇਰੀ ਬੱਕਰੀ ਨੇ ਇੱਕ ਦਿੱਤਾ ਉਹ ਇੱਕੋ ਹੀ ਦੇਈ ਜਾਂਦੀ ਹੈ, 2 ਨਹੀਂ ਆ ਰਹੇ 3 ਨਹੀਂ ਆ। ਦੇਖੋ ਮਿਨਰਲ ਮਿਕਸਚਰ ਜਦੋਂ ਤੁਸੀਂ ਉਹਨਾਂ ਨੂੰ ਮਿਨਰਲ ਮਿਕਸਚਰ ਕੀ ਹੁੰਦਾ, ਵਿਟਾਮਿਨ ਔਰ ਮਿਨਰਲ ਹੁੰਦੇ, ਜੇ ਉਹ ਅੰਦਰ ਘਾਟ ਰਹੇਗੀ, ਆਪਾਂ ਜਿੱਦਾਂ ਲੇਡੀਜ਼ ਹੀ ਆਪਣੇ ਘਰਾਂ ਦੀਆਂ, ਜੇ ਉਹ ਹੈਲਦੀ ਨਹੀਂ ਹੈ, ਹੈਲਦੀ ਮੀਨਸ ਮੋਟੀਆਂ ਨਹੀਂ ਮੈਂ ਕਹਿ ਰਿਹਾ, ਸਰੀਰ ਤੋਂ ਤੰਦਰੁਸਤ ਨਹੀਂ ਹੈ, ਅਤੇ ਉਹ ਬੱਚਾ ਕੰਸੀਵ ਕਰਨ ਨੂੰ ਵੀ ਦਿੱਕਤ ਹੋਏਗੀ, ਬੱਚਾ ਹੋਣ ਨੂੰ ਵੀ ਦਿੱਕਤ ਹੋਈ। ਬੱਕਰੀ ਦਾ ਵੀ ਸੇਮ ਹੈ, ਜਦ ਤਾਈ ਉਹ ਅੰਡਾ ਅਗਰ ਉਹ ਅੱਛੀ ਹੋਏਗੀ ਬੱਕਰੀ ਅੰਦਰ ਉਹ ਬਿਲਕੁਲ ਹੈਲਦੀ ਹੋਏਗੀ, ਉਹ 1 ਅੰਡਾ ਕਰੇਗੀ 2 ਅੰਡਾ ਕਰੇਗੀ, ਕਦੇ ਵੀ ਜੋ ਕਮੀ ਹੁੰਦੀ ਹੈ ਉਹ ਆਦਮੀਆਂ 'ਚ ਜਿਹੜੀ ਹੈ, ਜੇ ਮੁੰਡਾ ਨਹੀਂ ਹੋ ਰਿਹਾ ਕੁੜੀ ਹੋਈ ਜਾ ਰਹੀ ਹੈ, ਉਹ ਆਦਮੀਆਂ ਦਾ ਕਸੂਰ ਹੈ, ਜਨਾਨੀਆਂ ਦਾ ਕਦੇ ਕਸੂਰ ਨਹੀਂ ਹੁੰਦਾ। ਠੀਕ ਹੈ, ਜਿਹਨੂੰ ਨਹੀਂ ਹੋਵੇ ਗੂਗਲ ਕਰਿਓ ਪੜ੍ਹ ਲਿਓ ਤੁਹਾਨੂੰ ਆ ਜੇ। ਸੇਮ ਇੱਦਾਂ ਹੀ ਆ, ਜੇ ਬੱਕਰੀ ਨੂੰ ਬੱਚਾ ਹੈ ਅਗਰ ਆਪਾਂ ਉਹਨੂੰ ਨਹੀਂ ਖਿਲਾਉਂਦੇ, ਜੇ ਉਹਦੇ ਅੰਦਰ ਮਿਨਰਲ ਮੁਨਰਲ ਦੀ ਘਾਟ ਹੈ, ਉਹ 1 ਅੰਡਾ ਕਰੇਗੀ, ਕਈ ਵਾਰੀ ਉਹ ਬੱਕਰਾ ਬੱਚਾ ਸਿੱਟ ਵੀ ਦੇਗੀ। ਮਿਨਰਲ ਮਿਕਸਚਰ ਜਿਹੜਾ 2% ਮੈਂ ਦੱਸਿਆ, 2% ਦਾ ਮਤਲਬ ਅਗਰ ਮੈਂ ਕਹਿੰਦਾ 100 ਕਿਲੋ ਫੀਡ 'ਚ ਅਗਰ ਆਪਾਂ ਬਾਜ਼ਾਰੋਂ ਵੀ ਲਈਏ ਤਾਂ 350 ਰੁਪਏ, ਇਸ ਤੋਂ ਵੱਧ ਨਹੀਂ।
ਉਹ ਜੇ ਕਰੋਗੇ ਤੁਹਾਡੇ ਬੱਚੇ ਅੱਛੇ ਹੋਣਗੇ, ਬੱਚੇ ਵਧੀਆ ਹੋਣਗੇ, ਬੱਚੇ ਇੱਕ ਦੀ ਜਗ੍ਹਾ ਦੋ ਦੇ ਚਾਂਸ ਬਣਦੇ। ਮੈਂ ਇਹ ਨਹੀਂ ਕਹਿੰਦਾ ਦੋ ਹੀ ਹੋ ਜਾਣਗੇ, ਦੋ ਦੇ ਚਾਂਸ ਬਣਦੇ ਆ ਵਧੀਆ ਬੱਚੇ। ਵਾਧੂ ਕਿਉਂ ਪੜ੍ਹਨ, ਲੋੜ ਹੀ ਨਹੀਂ ਨਾ, ਲੋੜ ਹੀ ਨਹੀਂ। ਜਦੋਂ ਬੱਕਰੀ ਗੱਭਣ ਹੋ ਜਾਏ ਕੋਈ ਮਹੀਨਾ ਰਹਿ ਜਾਏ, ਉਦੋਂ ਇਹਨੂੰ ਤੁਸੀਂ 10 ਤੋਂ 15 ਗ੍ਰਾਮ ਮਿਨਰਲ ਮਿਕਸਚਰ ਰੋਜ਼ ਖਿਲਾ ਸਕਦੇ ਹੋ, ਕੋਈ ਦਿੱਕਤ ਨਹੀਂ। ਕ੍ਰੋਸ ਦਾ ਹੋ ਗਿਆ, ਵਜਨ ਦਾ ਹੋ ਗਿਆ, ਉਮਰ ਦਾ ਹੋ ਗਿਆ, ਇਹਦੇ 'ਚ ਕਿਸੇ ਨੇ ਕੋਈ ਪੁੱਛਣ ਦੇ ਭਾਰ ਦਿਖਾਉਣ ਦਾ ਮਤਲਬ ਪਿੱਛੋਂ ਨਹੀਂ ਉੱਠਦੀ ਹੈ, ਕੀ ਕਹਿੰਦੇ ਉਹਨੂੰ ਪਿੱਛਾ ਦਿਖਾਉਣਾ ਕਹਿੰਦੇ ਪਿੱਛਾ ਦਿਖਾਉਣਾ ਮੇਨ ਤੇ। ਅਗਰ ਉਹਨਾਂ ਮੈਂ ਤੁਹਾਨੂੰ ਇਹ ਦੱਸਿਆ ਜੋ ਹੈ ਫੀਡ ਹੈ, ਜੋ ਉਹਦੇ 'ਚ ਮਿਨਰਲ ਵਿਟਾਮਿਨ ਵਗੈਰਾ ਘਟਣਗੇ, ਬੱਕਰੀ ਸਭ ਕੁਛ ਕਰਕੇ ਦਿਖਾਈ। ਤੁਸੀਂ ਇਹ ਚਲਾਓ ਮੇਰੇ ਫਾਰਮ 'ਤੇ ਚੱਲੋ, ਜਿਹਨੇ ਚੱਲਣਾ ਤੁਹਾਨੂੰ ਸਿਰਫ ਇੱਕ ਮੈਬਲੋਨ ਪਾਊਡਰ ਦੇ ਇਲਾਵਾ ਮੇਰੇ ਫਾਰਮ 'ਤੇ ਕੋਈ ਦਵਾਈ ਨਹੀਂ ਮਿਲਦੀ। ਬੱਕਰੀ ਨੂੰ ਜੋ ਕਰੋਲ ਬੱਚਾ ਲੈਣਾ ਬੱਕਰੀ ਤੋਂ, ਬੱਕਰੀ ਦਾ ਜਿਹੜਾ ਬੱਚਾ ਹੈ ਉਹ ਮਰਦਾ ਜਾਂ ਤਾਂ ਬਹੁਤ ਜ਼ਿਆਦਾ ਗਰਮੀ 'ਚ ਜਾਂ ਬਹੁਤ ਜ਼ਿਆਦਾ ਠੰਡ 'ਚ। ਠੀਕ ਹੈ ਜੀ, ਕੋਸ਼ਿਸ਼ ਕਰੋ ਜਿਹੜਾ ਤੁਹਾਡੇ ਬੱਚਾ ਆਵੇ ਉਹ ਫਰਵਰੀ ਔਰ ਮਾਰਚ 'ਚ ਆਵੇ। ਫਰਵਰੀ ਮਾਰਚ 'ਚ ਆਏਗਾ, ਮਈ ਜੂਨ ਤੱਕ ਗਰਮੀ ਪੈਂਦੀ ਹੈ, ਜਦ ਤਾਈਂ ਉਹ 2 ਮਹੀਨੇ ਦਾ ਹੋ ਜਾਏਗਾ ਤੁਹਾਡਾ ਬੱਚਾ ਨਹੀਂ ਮਰਦਾ। ਜਿਹੜਾ ਬੱਚਾ ਮਰਦਾ ਉਹ ਪਹਿਲੇ ਦਿਨ ਤੋਂ ਲੈ ਕੇ 25 ਦਿਨ ਬਹੁਤ ਅੱਧ ਮਹੀਨੇ ਤੱਕ ਦੇ ਬੱਚੇ ਉੱਠਦੇ। ਠੀਕ ਹੈ, ਉਹਨੂੰ ਵੀ ਆਪਾਂ ਕਰਾਂਗੇ ਵੀ ਪੂਰਾ ਨੂੰ ਉਹਨੂੰ ਕਿੱਦਾਂ ਰੋਕ ਕੇ ਰੱਖਣਾ, ਕਿੱਦਾਂ ਨਾ ਮਰੇ। ਜਿਹੜਾ ਸਰਦੀਆਂ ਹੈ, ਸਰਦੀਆਂ 'ਚ ਕੋਸ਼ਿਸ਼ ਕਰੋ ਜਿਹੜਾ ਬੱਚਾ ਆਵੇ ਉਹ ਸਤੰਬਰ ਔਰ ਅਕਤੂਬਰ ਦੇ ਮਹੀਨੇ 'ਚ ਤੁਹਾਡੇ ਇੱਥੇ ਆ ਜਾਵੇ, ਤਾਂ ਕਿ ਜਦੋਂ ਦਸੰਬਰ 'ਚ ਠੰਡ ਪਵੇ ਉਦੋਂ ਉਹ 2-2.5 ਮਹੀਨੇ ਦਾ ਹੋ ਜਾਏ ਅਤੇ ਉਹ ਬੱਚਾ ਨਾ ਆਏ। ਮੈਕਸੀਮਮ ਕਈ ਵਾਰੀ ਉਹ ਥੱਲੇ ਲਮਕਦਾ ਰਹਿੰਦਾ, ਨਹੀਂ ਝੜਦਾ, ਇਨਫੈਕਸ਼ਨ ਹੋ ਜਾਂਦਾ, ਉਹਦੇ ਨਾਲ ਵੀ ਬੱਚਾ ਮਰਦਾ। ਜਿਹੜੀ ਜ਼ਿਆਦਾ ਦੁੱਧ ਦਿੰਦੀ ਹੁੰਦੀ ਹੈ ਮੈਕਸੀਮਮ ਮਸਟਾਈਟਸ ਨੂੰ ਬੈਠਣ ਦੀ ਦਿੱਕਤ ਹੁੰਦੀ ਹੈ ਜ਼ਿਆਦਾ। ਠੀਕ ਹੈ ਜੀ, ਹੁਣ ਆਪਾਂ ਲੈ ਲੈਂਦੇ ਹਾਂ ਬੱਚਾ। ਆਪਾਂ ਬੱਚੇ ਦੀ ਗੱਲ ਕਰਦੇ ਸੀ, ਬੱਚਾ ਮਰਦਾ ਕਦੋਂ ਹੈ, ਜਦੋਂ ਤੁਸੀਂ ਉਹਨੂੰ ਜ਼ਰੂਰਤ ਤੋਂ ਜ਼ਿਆਦਾ ਦੁੱਧ ਪਿਲਾਓਗੇ। ਬੱਚਾ ਮਿੱਟੀ ਚੱਟੇਗਾ, ਇਹ 3-4 ਚੀਜ਼ਾਂ, ਓਵਰ ਫੀਡਿੰਗ ਹੋਏਗੀ, ਟੈਟਨਸ ਹੋ ਗਿਆ ਕਿ ਮਾਂ ਨੂੰ ਤੁਸੀਂ ETT ਨਹੀਂ ਕੀਤੀ, ਚਲੋ ETT ਨਹੀਂ ਕੀਤੀ, 3.5 ਮਹੀਨੇ ਜਦੋਂ ਗੱਭਣ ਹੁੰਦੀ ਹੈ ਬੱਕਰੀ ਉਦੋਂ ਉਹਦੇ ਟੈਟਨਸ ਦਾ ਟੀਕਾ ਲੱਗਣਾ ਚਾਹੀਦਾ ਜੇ ਤੁਸੀਂ ਵੈਕਸੀਨ ਨਹੀਂ ਕੀਤੀ, ਤਾਂ ਕਿ ਬੱਚੇ ਨੂੰ ਟੈਟਨਸ ਨਾ ਹੋ। ਜੋ ਟੈਟਨਸ ਨਾਲ ਮਰਦੀਆਂ ਬੱਕਰੀਆਂ ਉਹ ਬੱਚੇ ਜ਼ਿਆਦਾ ਮਰਦੇ ਆ, ਵੱਡੀਆਂ ਬੱਕਰੀਆਂ ਟੈਟਨਸ ਨਾਲ ਬਹੁਤ ਘੱਟ ਮਰਦੀਆਂ। ਉਹ ਵੀ ਤਾਂ ਮਰਦੀਆਂ ਜੇ ਉਹਨਾਂ ਦੇ ਕੋਈ ਲੋਹਾ ਲੂਹਾ ਛਿੱਲ ਛੁੱਲ ਜਾਵੇ ਤਾਂ। ਜੇ ਵੈਕਸੀਨ ਤੁਸੀਂ ਕੀਤੀ ਹੋਈ ਹੈ ਫਿਰ ਤੁਹਾਨੂੰ ਬੱਚੇ ਨੂੰ ਟੈਟਨਸ ਦਾ ਜਾਂ ਬੱਕਰੀ ਨੂੰ ਵੀ ਟੈਟਨਸ ਦਾ ਟੀਕਾ ਲਾਉਣ ਦੀ ਕੋਈ ਲੋੜ ਨਹੀਂ, ਕਿਉਂਕਿ 3 ਮਹੀਨੇ ਤੱਕ ਜੋ ਉਹਨੇ ਆਪਣੀ ਮਾਂ ਦਾ ਦੁੱਧ ਪੀਣਾ ਉਹ ਸਾਰੀ ਇਮਿਊਨਿਟੀ ਉਹਨੂੰ ਉੱਥੋਂ ਮਿਲਦੀ ਹੈ ਅਤੇ ਉਹਨੂੰ ਬਿਮਾਰੀ ਨਹੀਂ ਕੀਤੀ। ਬੱਚਾ ਹੁਣ ਜੰਮ ਗਿਆ, ਆਪਾਂ ਲੈ ਲਿਆ ਵੀ ਆਪਾਂ ਫਰਵਰੀ ਮਾਰਚ ਲੈ ਲਿਆ, ਸਤੰਬਰ ਅਗਸਤ ਸਤੰਬਰ ਅਕਤੂਬਰ ਲੈ ਲਿਆ। ਹੁਣ ਨਾੜੂ ਦੀ ਗੱਲ ਕਰਦੇ,
ਜਿਹੜਾ ਬੱਚਾ ਮਰਦਾ ਇਹਦੇ ਨਾਲ ਮਰਦਾ ਇੱਕ ਜਿਹੜੇ ਨਾੜੂ ਤੇ ਉੱਥੋਂ ਉਹਨੂੰ ਬੈਕਟੀਰੀਆ ਚੜਦਾ ਸਭ ਤੋਂ ਵੱਡਾ ਕਾਰਨ ਬੱਚਾ ਮਰਨ ਦਾ ਉਹ ਵੀ ਜਿਹੜਾ ਨਾੜੂ ਕੱਢਣਾ ਉਹ ਤੁਸੀਂ ਜਿੱਦਾਂ ਬੱਚੇ ਦਾ ਨਾੜੂ ਉੱਪਰੋਂ ਥੱਲੇ ਲੰਘਦਾ 3 ਇੰਚੀ ਸੂਤੀ ਧਾਗਾ ਲੈ ਕੇ ਉਹਨੂੰ ਬੰਨ ਦਿਓ 3 ਇੰਚੀ ਔਰ ਜਿੱਥੋਂ ਧਾਗਾ ਬੰਨਿਆ ਉਹਦੇ 1 ਇੰਚੀ ਥੱਲੇ ਕਰਕੇ ਨਾੜੂ ਨੂੰ ਕੱਟ ਦਿਓ ਔਰ ਜਿਹੜੀ ਆਪਣੇ ਘਰੇ ਡਿਟੋਲ ਜਾਂ ਸੈਵਲੋਨ ਹੁੰਦੀ ਆ ਉਹ ਕਿਸੇ ਭਾਂਡੇ 'ਚ ਲੈ ਲਓ ਵਿਟਾਡੀਨ ਜਿਹੜਾ ਲੋਸ਼ਨ ਰੋਜ਼ ਲਿਕੁਇਡ ਹੁੰਦਾ ਉਹ ਲੈ ਲਓ ਉਹਨੂੰ ਨਾੜੂ ਨੂੰ 2-4 ਮਿੰਟ ਉਹਦੇ ਥੱਲੇ ਰੱਖ ਦਿਓ ਮਤਲਬ ਉਹ ਦਵਾਈ ਨਾਲ ਡਿਪ ਕਰ ਦਿਓ ਬੱਚਾ ਨਹੀਂ ਜਾਂਦਾ ਜੋ ਉਹਦਾ ਨੇਵਲ ਇਨਫੈਕਸ਼ਨ ਹੁੰਦਾ ਉਹਦੇ ਕਰਕੇ ਬੱਚਾ ਨਹੀਂ ਜਾਂਦਾ ਹੁਣ ਆਉਂਦਾ ਕਿ ਬੱਚੇ ਨੂੰ ਆਪਾਂ ਦੁੱਧ ਕਿੰਨਾ ਪਿਲਾਉਣਾ ਚਾਹੀਦਾ ਜੇ ਓਵਰ ਫੀਡਿੰਗ ਹੋ ਜਾਂਦੀ ਹੈ ਬੱਚਾ ਤਾਂ ਨਹੀਂ ਮਰਦਾ ਜਿਹੜਾ ਬੱਚਾ ਤੁਹਾਡਾ ਸ਼ੁਰੂ ਦਾ ਹੈਗਾ ਸਮੇਂ ਤੋਂ 7 ਦਿਨਾਂ ਦਾ 7 ਦਿਨ ਤੱਕ ਦੇ ਬੱਚੇ ਨੂੰ ਉਹਦੇ ਦੁੱਧ ਦੇ ਭਾਰ ਦੇ ਜੋ ਉਹਦਾ ਭਾਰ ਹੈ ਸਮਝ ਲਓ 4 ਕਿਲੋ ਦਾ ਬੱਚਾ ਹੋਇਆ ਤੁਹਾਡੇ 3 ਕਿਲੋ ਦਾ ਹੋਇਆ ਉਹ ਪੂਰੇ ਦਿਨ 'ਚ ਉਹਨੂੰ 300 ਗ੍ਰਾਮ ਦੁੱਧ ਚਾਹੀਦਾ ਪਹਿਲੇ 7 ਦਿਨ ਸੱਤਵੇਂ ਤੋਂ ਲੈ ਕੇ 15ਵੇਂ ਦਿਨ ਉਹਦੇ ਦੁੱਧ ਨੂੰ ਤੁਸੀਂ 15% ਤੱਕ ਕਰ ਸਕਦੇ ਹੋ 7 ਦਿਨ ਤੱਕ ਤਾਂ ਦਿਓ ਉਹਨੂੰ ਉਹਦੇ ਵਜਨ ਦਾ 10% 7 ਤੋਂ 15ਵੇਂ ਦਿਨ ਉਹਨੂੰ ਦਿਓ ਉਹਦੇ ਵਜਨ ਦਾ 15% ਹਾਂਜੀ 7 ਤੋਂ 15 ਦਿਨ ਦਾ ਹੋ ਗਿਆ 15% ਜਦੋਂ ਬੱਕਰੀ ਦਾ ਬੱਚਾ ਜੰਮਦਾ ਉਹਦੇ ਢਿੱਡ ਇੱਕੋ ਹੀ ਹੁੰਦਾ ਜਿੱਦਾਂ ਆਪਣਾ ਹੁੰਦਾ 14ਵੇਂ ਦਿਨ ਤੋਂ ਉਹਦੇ ਬਾਕੀ 3 ਢਿੱਡ ਹੋਰ ਬਣਨੇ ਸ਼ੁਰੂ ਹੋ ਜਾਂਦੇ 14ਵੇਂ ਦਿਨ ਤੋਂ ਬਾਅਦ ਕਹਿ ਲਓ ਜਾਂ 15ਵੇਂ ਦਿਨ ਕਹਿ ਲਓ ਥੋੜ੍ਹੀ ਜਿਹੀ ਫੀਡ ਔਰ ਹਰੀ ਪੱਤੀਆਂ ਉਹਦੇ ਅੱਗੇ ਰੱਖਣੀਆਂ ਸ਼ੁਰੂ ਕਰੋ ਤਾਂ ਕਿ ਜਿਹੜਾ ਉਹਦੇ ਬਾਕੀ ਪੇਟ ਹੈ ਉਹ ਡਿਵੈਲਪ ਹੋਣੇ ਸ਼ੁਰੂ ਹੋ ਜਾਣ ਬੱਕਰੀ ਕੀ ਕਰਦੀ ਹੈ ਬੱਕਰੀ ਨੂੰ ਤੁਸੀਂ ਰਾ ਦਿਓ ਫੀਡ ਪਾ ਦਿਓ ਉਹਨੇ ਇੱਦਾਂ ਖਾਈ ਜਾਣਾ ਬੱਕਰੀ ਉਹ ਜਿਹੜੀ ਵੀ ਜਗਾਲੀ ਕਰਦੀ ਫਿਰ ਉਹਨਾਂ ਨੇ ਇੱਕ ਪਾਸੇ ਬੈਠ ਕੇ ਜਗਾਲੀ ਕਰਕੇ ਆਪਣਾ ਉਹ ਖਾਣਾ ਪਚਾ ਜਾਂਦੀ ਉਹ ਖਾਣਾ ਪਚਾਉਣ ਦੇ ਉਹ ਸਿਰਫ ਤੀਜੇ ਬਾਕੀ ਜਿਹੜੇ 3 ਢਿੱਡ ਹੈ ਉਹ ਇਹ ਕੰਮ ਕਰਦੇ ਬੱਕਰੀ ਦੇ ਜਦੋਂ ਪੈਦਾ ਹੁੰਦੀ ਹੈ ਉਦੋਂ ਇੱਕੋ ਢਿੱਡ ਆ 14ਵੇਂ ਦਿਨ ਬਾਅਦ 15ਵਾਂ ਦਿਨ ਸਵੇਰੇ ਕਹਿ ਲਓ ਉਹ ਬਾਕੀ ਢਿੱਡ ਉਹਦੇ ਬਣਨੇ ਸ਼ੁਰੂ ਹੋ ਜਾਂਦੇ ਆ ਉਹਨੂੰ ਨਾਲ ਦੀ ਨਾਲ ਹਰੀ ਪੱਤੀਆਂ ਜਿਹੜੀਆਂ ਹੋਣ ਪੇੜਾਂ ਦੀਆਂ ਹਰੀਆਂ ਪੱਤੀਆਂ ਤੋੜ ਲਓ ਉਹ ਰੱਖ ਦਿਓ ਔਰ ਥੋੜ੍ਹੀ ਫੀਡ ਰੱਖ ਦਿਓ ਜਿੰਨੀ ਉਹ ਖਾਣਾ ਸ਼ੁਰੂ ਕਰੇ ਉਹ ਖਾਏ ਔਰ ਜਿਹੜਾ ਦੁੱਧ ਹੈ ਉਹਦਾ ਉਹਨੂੰ ਵਾਪਸ ਫਿਰ 6-7% 'ਤੇ ਲੈ ਤੀਜੇ ਦਿਨ ਬੱਕਰੀ ਨੂੰ ਔਰ ਬੱਕਰੇ ਨੂੰ ਵੱਖਰਾ ਕਰ ਜਦੋਂ ਬੱਚਾ ਜੰਮਦਾ ਹੈ ਅੱਧੇ ਘੰਟੇ ਦੇ ਅੰਦਰ ਅੰਦਰ ਉਹਨੂੰ ਦੁੱਧ ਪਿਲਾਉਣਾ ਬੱਕਰੀ ਜੇਰ ਸਿੱਟੇ ਨਾ ਸਿੱਟੇ ਠੀਕ ਹੈ ਜਿਹੜੇ ਬੱਕਰੀ ਬੱਚੇ ਨੂੰ ਜਦੋਂ ਤੁਸੀਂ ਦੁੱਧ ਪਿਲਾਓਗੇ ਉਹ ਕੀ ਕਰਦਾ ਬੱਚਾ ਐਂ ਮੂੰਹ ਮਾਰਦਾ ਉਹਦੇ ਚੱਕੇ 'ਚ ਹੈ ਨਾ ਅਤੇ ਇੱਕ ਅੰਦਰ ਹਾਰਮੋਨ ਰਿਲੀਜ਼ ਹੁੰਦਾ ਆਕਸੀਟੋਸਿਨ ਕਰਕੇ ਉਹਨੂੰ ਕਹਿੰਦੇ ਉਹ ਆਕਸੀਟੋਸਿਨ ਹੀ ਮੇਨ ਕਾਰਨ ਹੁੰਦਾ ਜੇਰ ਨੂੰ ਬਾਹਰ ਸਿੱਟਣ ਅਤੇ ਉਹ ਬੱਚੇ ਨੂੰ ਹੈਲਥੀ ਕਰਦਾ ਬੱਕਰੀ ਨੂੰ ਵੀ ਜੇਰ ਸਿੱਟਣ ਨੂੰ ਮਦਦ ਕਰਦਾ ਇੱਕ ਜਦੋਂ ਬੱਚਾ ਜੰਮੇ ਉਹਦੇ ਜਿਹੜੇ ਪੈਰਾਂ ਦੇ ਨੋਹ ਹੁੰਦੇ ਆ ਅੱਗੇ ਮਾੜੇ ਮਾੜੇ ਆਪਾਂ ਤੋੜ ਲਈਏ ਤਾਂ ਕਿ ਉਹਨੂੰ ਖੜ੍ਹੇ ਹੋਣ 'ਚ ਤੁਰਨ 'ਚ ਦਿੱਕਤ ਨਾ ਤੀਜੇ ਦਿਨ ਉਹਨੂੰ ਬੱਕਰੀ ਤੋਂ ਅਲੱਗ ਕਰੋ ਤੀਜੇ ਦਿਨ ਦੇ ਬਾਅਦ ਜਦੋਂ ਬੱਕਰੀ ਨੂੰ ਤੁਸੀਂ ਦੁੱਧ ਪਿਲਾਉਣਾ ਬੱਚੇ ਨੂੰ ਉਦੋਂ ਹੀ ਬੱਕਰੀ ਕੋਲ ਲਿਆਓ ਔਰ ਆਪਾਂ ਪੰਜਾਬ ਕਹਿੰਦੇ ਹਾਂ ਜੀ 6 ਮਹੀਨੇ 8 ਮਹੀਨੇ 9 ਮਹੀਨੇ ਤੱਕ ਦੁੱਧ ਚੱਕਣਗੇ ਠੀਕ ਹੈ ਜੀ ਮੇਰੇ ਅਸੀਂ ਕਹਿੰਦੇ ਹਾਂ ਜੀ 3 ਮਹੀਨੇ ਦੇ ਬਾਅਦ ਉਹਨੂੰ ਬੱਚੇ ਨੂੰ ਦੁੱਧ ਦੀ ਲੋੜ ਨਹੀਂ ਹੁੰਦੀ ਫਿਰ ਇੱਕ ਆਉਂਦਾ ਹੈ ਕਿ ਬੱਕਰੇ ਸਾਨੂੰ ਕਿ ਨਵੇਂ ਬੰਦੇ ਨੂੰ ਸਾਨੂੰ ਕਿੱਦਾਂ ਪਤਾ ਲੱਗੇ ਬੱਚਾ ਕਿੰਨਾ ਦੁੱਧ ਪੀ ਕਿਸੇ ਬੱਕਰੀ ਥੱਲੇ ਦੁੱਧ ਜ਼ਿਆਦਾ ਹੈ ਉਹ ਤੁਸੀਂ ਜ਼ਿਆਦਾ ਪੀ ਗਿਆ ਉਹਨੂੰ ਮੋਕ ਲੱਗ ਗਈ ਉਹਨੇ ਹੋ ਜਾਣਾ ਉਹਦੇ 'ਚ ਕੀ ਹੈ ਜਾਂ ਜੇ ਨਹੀਂ ਤੁਹਾਨੂੰ ਸਮਝ ਆਉਂਦੀ ਇੱਕ ਬੋਤਲ ਕੱਢੋ ਫੀਡਿੰਗ ਉਹਨੂੰ ਫੀਡ ਕਰਾ ਦਿਓ
ਜਿੰਨ ਤਾਂ ਵੀ ਨਹੀਂ ਉਹ ਵੀ ਨਹੀਂ ਪੋਸੀਬਲ ਬੱਕਰੀ ਦਾ ਸਾਰਾ ਦੁੱਧ ਕੱਢ ਲੂ ਕੋਈ ਕੋਲ ਐ ਥਣ ਖੜੀ ਤੱਕ ਬੱਕਰੀ ਆਪਣੇ ਬੱਚੇ ਨੂੰ ਫੇਰ ਦੁੱਧ ਪਿਲਾ ਲੇਗੀ ਉਹ ਇੰਨਾ ਰੋਕ ਕੇ ਰੱਖ ਤੇ 25 ਦਿਨ ਤੱਕ ਦਾ ਬੱਚਾ ਜੇ ਤੁਸੀਂ ਆਪਣਾ ਰੋਕ ਲਿਆ ਤੁਹਾਡਾ ਬੱਚਾ ਨਹੀਂ ਮਰਦਾ 25 ਦਿਨ ਤੋਂ ਬਾਅਦ ਕੋਈ ਉਹਨੂੰ ਬਿਮਾਰੀ ਨਹੀਂ ਲੱਗੇਗੀ ਕੋਈ ਉਹਨੂੰ ਪਰੇਸ਼ਾਨੀ ਔਰ ਜੇ ਬੱਚਾ ਮਰ ਗਿਆ ਤੇ ਬੱਕਰੀ ਪਾਲ ਕੇ ਤੁਸੀਂ ਕਮਾਓਗੇ ਕਿੱਥੋਂ ਬੱਕਰੀਆਂ ਤੇ ਵੇਚੋਗੇ ਨਹੀਂ सफाई करो जेडे बकरी दे बच्चे दे कान है उन्हां नूं कन्नां नूं खोल के इदां करो जेडे कई बच्चे दे कान है जुड़े रहिंदे है उन्हां आपां खोल के साफ नहीं करदे मूह च हवा मारो कन्ना च हवा मारो और साफ करके बकरी के अगे उन्होंने रख दो भी चटन दे बकरी बाकी जिन्ना तुम साफ करोगे करोगे बाकी बकरी आपे ही करूगी तो बकरी अपने बच्चे पछाणेगी कई आप कहने ना जी बकरी नेड़े नहीं लगन देती बच्चे वो आप चक के लै गया उधर गई वह उधर गई बकरी पछाणेगी नहीं अपने बच्चे वो नेड़े कदे भी नहीं लगन गई कि आप फड़ फड़ के दुध चुका मैं दसिया ना उंगल मारके मुंह साफ करना कन्ना फूक मारनी है कन्न जिधर कन्ना खोल के दो दो मिनट दो चार मिनट ऐसा ऐसा करते हो कानों के अपने आप खुल गए कान पे वो मुड़े नहीं ठीक है नहीं शबो लंगर बढ़िया नहीं बच्चे